ਇਨਸਾਨੀਅਤ ਦਾ ਬਹੁਤ ਵੱਡਾ ਘਨਾਉਣਾ ਕਤਲੇਆਮ ਹੋਇਆ। ਇਹ ਉਹੀ ਜੱਜ ਨੇ ਜਿਨ੍ਹਾਂ ਨੇ ਕਿ ਰਾਮ ਰਹੀਮ ਨੂੰ ਜਿਹੜੀ ਹੈ 20 ਸਾਲ ਦੀ ਜਿਹੜੀ ਸਜ਼ਾ ਹੈ ਸੁਣਾਈ ਸੀ। ਮੈਨੂੰ ਇਹਨਾਂ ਨੂੰ ਅੱਜ ਬਰੀ ਕਰਨਾ ਪੈ ਰਿਹਾ ਹੈ। ਜਿਹੜਾ ਬੰਦਾ ਕਤਲ ਕਰਦਾ ਜਾਂ ਕ੍ਰਾਈਮ ਕਰਦਾ ਹੈ, ਉਹਦਾ ਕੋਈ ਧਰਮ, ਕੋਈ ਜਾਤ ਜਾਂ ਕੋਈ ਨਸਲ ਨਹੀਂ ਹੁੰਦੀ। ਵਾਰ ਵਾਰ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਵੀ ਗਵਾਹਾਂ ਦੀ ਪ੍ਰੋਟੈਕਸ਼ਨ ਦਾ ਕੋਈ ਕਾਨੂੰਨ ਹੈ ਜਿਹੜਾ ਬਣਾਇਆ ਜਾਵੇ। ਜੀ, ਸਮਝੌਤਾ ਐਕਸਪ੍ਰੈਸ ਕੇਸ ਦੇ ਵਿੱਚ ਜਿਹੜੇ ਸਾਰੇ ਬੰਦੇ ਬਰੀ ਹੋਏ ਹੈਗੇ ਆ, ਉਹਨਾਂ ਦਾ ਜੱਜ ਜਿਹੜਾ ਸੀ ਜਗਦੀਪ ਸਿੰਘ ਜੱਜ, ਇਹ ਉਹੀ ਜੱਜ ਨੇ ਜਿਨ੍ਹਾਂ ਨੇ ਕਿ ਰਾਮ ਰਹੀਮ ਨੂੰ ਜਿਹੜੀ ਹੈ 20 ਸਾਲ ਦੀ ਜਿਹੜੀ ਸਜ਼ਾ ਹੈ ਸੁਣਾਈ ਸੀ। ਔਰ ਉਹਨਾਂ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਹੋਇਆ ਹੈਗਾ ਸਮਝੌਤਾ ਐਕਸਪ੍ਰੈਸ ਦੇ ਵਿੱਚ, ਜਿਸ ਤਰੀਕੇ ਦਾ ਇਹ ਕਾਂਡ ਹੋਇਆ ਬਹੁਤ ਹੀ ਘਿਨਾਉਣਾ ਕਾਂਡ ਹੈ, ਇਹ ਬਖਸ਼ਣਯੋਗ ਨਹੀਂ ਹੈ। ਪਰ ਮੇਰੇ ਕੋਲ ਇਸ ਦੇ ਲਈ ਕੋਈ ਵੀ ਜਿਹੜੇ ਗਵਾਹ ਜਾਂ ਸਬੂਤ ਨਹੀਂ ਹਨ ਕਿ ਜਿਸ ਦੇ ਲਈ ਮੈਂ ਇਹਨਾਂ ਨੂੰ ਸਜ਼ਾ ਦੇ ਸਕਾਂ, ਅਤੇ ਮੈਨੂੰ ਇਹਨਾਂ ਨੂੰ ਅੱਜ ਬਰੀ ਕਰਨਾ ਪੈ ਰਿਹਾ ਹੈ। ਅਵਤਾਰ ਸਿੰਘ ਜੀ, ਕੀ ਕਹੋਗੇ? ਹਾਂਜੀ, ਜਜਮੈਂਟ ਪਬਲਿਸ਼ ਹੋਈ ਆ, ਉਹਦੇ 'ਚੋਂ ਜੱਜ ਦਾ ਜਿਹੜਾ ਦੁਖਦਾਈਪਣ ਉਹ ਸਾਹਮਣੇ ਆਉਂਦਾ। ਬੇਸ਼ੱਕ ਉਹਨੂੰ ਬੰਦੇ ਬਰੀ ਕਰਨੇ ਪੈ ਗਏ ਨੇ, ਪਰ ਉਹ ਥੋੜ੍ਹਾ ਹੈਲਪਲੈਸ ਜਿਹਾ ਜਿੱਦਾਂ ਨਜ਼ਰ ਆਇਆ। ਹਾਂਜੀ, ਵੀ ਕਿਉਂਕਿ ਉਹ ਕਹਿੰਦਾ ਵੀ ਕੋਈ ਵੀ ਗਵਾਹ ਜਿੱਦਾਂ ਨਹੀਂ ਭੁਗਦੇ ਉਹਦੇ ਹੱਕ 'ਚ, ਅਤੇ ਉਹਨੇ ਕਿਹਾ ਵੀ ਇਨਸਾਨੀਅਤ ਦਾ ਬਹੁਤ ਵੱਡਾ ਘਿਨਾਉਣਾ ਕਤਲੇਆਮ ਹੋਇਆ, ਪਰ ਕੋਈ ਗਵਾਹ ਨਾ ਹੋਣ ਕਰਕੇ ਅਸੀਂ ਸਜ਼ਾ ਨਹੀਂ ਕਰ ਸਕਦੇ। ਅਤੇ ਦੂਜਾ, ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਵੀ, ਵਾਰ ਵਾਰ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਵੀ ਗਵਾਹਾਂ ਦੀ ਪ੍ਰੋਟੈਕਸ਼ਨ ਦਾ ਕੋਈ ਕਾਨੂੰਨ ਆ ਜਿਹੜਾ ਬਣਾਇਆ ਜਾਵੇ। ਜੀ, ਵੀ ਜਿਹੜੇ ਇੰਨੇ ਵੱਡੇ ਹਾਈ ਪ੍ਰੋਫਾਈਲ ਕੇਸਾਂ ਵਿੱਚ ਗਵਾਹ ਮੁੱਕਰਦੇ ਨੇ, ਉਹ ਤਾਂ ਮੁੱਕਰਦੇ ਆ, ਉਹਨਾਂ ਦੀ ਸਿਕਿਉਰਿਟੀ ਦਾ ਕੋਈ ਮਸਲਾ ਨਹੀਂ ਹੁੰਦਾ। ਵੀ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਗਵਾਹੀ ਦਿੱਤੀ ਤਾਂ ਸਾਡਾ ਕਤਲ ਹੋ ਜਾਊਗਾ। ਸੋ ਉਹ ਕਹਿੰਦਾ ਵੀ ਗਵਾਹਾਂ ਦੀ ਪ੍ਰੋਟੈਕਸ਼ਨ ਦਾ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਗਵਾਹ ਨਾ ਮੁੱਕਣ। ਅਤੇ ਦੂਜਾ, NIA ਨੇ ਇੱਕ ਇਹ ਪਾਇਆ ਸੀਗਾ ਵੀ ਜਿਹੜਾ ਇਹ ਹਿੰਦੂ ਜਥੇਬੰਦੀਆਂ ਨੇ ਕਤਲੇਆਮ ਕਰਿਆ ਨਾ, ਇਹ ਸੀਗਾ ਵੀ ਮੁਸਲਮਾਨਾਂ ਵੱਲੋਂ ਜਿਹੜੇ ਇਸਲਾਮੀ ਜਹਾਦੀਆਂ ਵੱਲੋਂ ਇੱਕ ਦੋ ਜਗ੍ਹਾ ਬੰਬ ਧਮਾਕੇ ਕੀਤੇ ਗਏ ਸੀ, ਉਹਦਾ ਬਦਲਾ ਲੈਣ ਲਈ ਇਹ ਹਿੰਦੂ ਜਹਾਦੀਆਂ ਵੱਲੋਂ ਇਹ ਕੀਤਾ ਗਿਆ ਸੀ। ਉਹਦੇ 'ਤੇ ਬਹੁਤ ਸੋਹਣੀ ਟਿੱਪਣੀ ਉਹਨਾਂ ਨੇ ਜਗਦੀਪ ਸਿੰਘ ਨੇ ਕਰੀ, ਉਹ ਕਹਿੰਦੇ ਵੀ ਇਹ ਬਿਲਕੁਲ ਗਲਤ ਹੈਗਾ ਗੱਲ ਵੀ ਤੁਸੀਂ ਜਿਹੜਾ ਬੰਦਾ ਕਤਲ ਕਰਦਾ ਜਾਂ ਕ੍ਰਾਈਮ ਕਰਦਾ, ਉਹਦਾ ਕੋਈ ਧਰਮ, ਕੋਈ ਜਾਤ ਜਾਂ ਕੋਈ ਨਸਲ ਨਹੀਂ ਹੁੰਦੀ। ਤੁਸੀਂ ਇਹਨਾਂ ਲੋਕਾਂ ਨੂੰ ਕਿਸੇ ਕੌਮ ਦੇ ਰਿਪ੍ਰੈਜ਼ੈਂਟੇਟਿਵ ਬਣਾ ਕੇ ਪੇਸ਼ ਨਹੀਂ ਕਰ ਸਕਦੇ। ਫਿਰ ਤਾਂ ਤੁਸੀਂ ਉਹ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਨਾ, ਵੀ ਇਹ ਤੁਸੀਂ ਰਿਪ੍ਰੈਜ਼ੈਂਟ ਨਹੀਂ ਕਰਵਾ ਸਕਦੇ ਵੀ ਇਹ ਹਿੰਦੂ ਕਮਿਟੀ ਨੂੰ ਰਿਪ੍ਰੈਜ਼ੈਂਟ ਕਰ ਰਹੇ ਸੀ, ਉਹ ਹਿੰਦੂ ਕਤਲੇਆਮ ਦਾ ਬਦਲਾ ਲੈ ਰਹੇ ਸੀ। ਉਹ ਕਹਿੰਦਾ ਵੀ ਕਤਲੇਆਮ ਕਰਨ ਵਾਲੇ, ਇੰਨਾ ਅਣਮਨੁੱਖੀ ਕਤਲੇਆਮ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਸੋ ਇਹਨੂੰ ਇਸ ਤਰ੍ਹਾਂ ਪੇਸ਼ ਨਾ ਕਰੋ ਵੀ ਦੇ ਆਰ ਦੀ ਰਿਪ੍ਰੈਜ਼ੈਂਟੇਟਿਵਸ ਆਫ ਹਿੰਦੂ ਕਮਿਊਨਿਟੀ, ਇੱਕ ਕਾਤਲ ਨੇ ਜਾਂ ਜਿੱਦਾਂ ਵੀ ਉਹ ਇਹ ਕ੍ਰਿਮੀਨਲ ਨੇ, ਕ੍ਰਿਮੀਨਲ ਨੂੰ ਕ੍ਰਿਮੀਨਲ ਹੀ ਰਹਿਣ ਦਿਓ। ਹੁਣ ਇੱਕ ਇਹ ਹਿੰਦੂ ਕਮਿਊਨਿਟੀ ਨੂੰ ਵੀ ਡਿਸਾਈਡ ਕਰਨਾ ਪਵੇਗਾ ਕਿ ਉਹ ਤੁਹਾਡੇ ਰਿਪ੍ਰੈਜ਼ੈਂਟੇਟਿਵ ਹੈਗੇ ਆ ਜਾਂ ਨਹੀਂ ਹੈਗੇ। ਜੀ ਜੀ, ਹਾਂ। ਸੋ ਇਹ ਜਜਮੈਂਟ ਕਾਫੀ ਜਿੱਦਾਂ ਲਰਨਡ ਜਜਮੈਂਟ ਹੈਗੀ ਆ, ਆਉਣ ਵਾਲੀਆਂ ਜਿਹੜੀਆਂ ਜਿਹੜੇ ਲਾਅ ਦੇ ਸਟੂਡੈਂਟਸ ਨੇ ਉਹਨਾਂ ਨੂੰ ਉਹ ਪੜ੍ਹਨੀ ਪਊਗੀ, ਜਿਹੜੀ ਕਾਫੀ ਜਿੱਦਾਂ ਲਰਨਡ ਜਜਮੈਂਟ ਆ।